पुस्तत मन में कर निरंकार। वाहिगुरु जी का खालसा, वाहिगुरु जी की फतेह। अज दे उस्तत मनमय कर निरंकार दे प्रोग्राम दे विच असी अपने समूह दर्शकां नूं जी आखदे हां अते असी अपनी विचार उत्थों ही शुरू करदे हां जिथे असी अपनी विचार पिछले प्रोग्राम दे विच छड्डी सी। असी गुरु नानक पातशाह जी दे इस महान शब्द ते विचार कर रहे हां जिहड़ा उन्हां ने गौड़ी बरागण दे विच उच्चारण किया। गुरु पातशाह फरमाउंदे आ कि क्या लै आया ले जाए क्या फासे जम जाला। हे जीव, तू इस दुनिया दे विच की लैके आया सी अते इत्थों की लैके ते चले जाना। एवें वाधू माया दे मोह दे विच फस के तू जमा दे जाल दे विच फस रहा, भाव आत्मक मौत ते मर रहा। अज दी विचार चर्चा विच साडे नाल शामिल हन गणी संतोख सिंह जी। आओ असीं अपने विचार नूं अगाह तोर दे। गणी जी, वाहिगुरु जी का खालसा, वाहिगुरु जी की फतेह। गणी जी, इत्थे महाराज ने जिहड़ियां कुछ दुनिया दियां सच्चाइयां आ ना जी, जां इह जिहड़ा अकाल पुरख ने एक निजाम बनाया ਉਹਦੇ ਜਿਹੜੀਆਂ ਜਿਹੜੀਆਂ ਉਹਦੀਆਂ ਕਾਨੂੰਨ ਆ, ਹਾਂਜੀ, ਉਹ ਗੁਰੂ ਪਾਤਸ਼ਾਹ ਇੱਥੇ ਬਿਆਨ ਕਰ ਰਹੇ। ਬਿਲਕੁਲ, ਕਿ ਜੀਵ ਇਸ ਦੁਨੀਆਂ ਦੇ ਵਿੱਚ ਕੁਛ ਲੈ ਕੇ ਨਹੀਂ ਆਉਂਦਾ ਨਾਲ ਜੀ ਜੀ, ਅਤੇ ਨਾ ਹੀ ਇੱਥੋਂ ਕੋਈ ਧਨ ਪਦਾਰਥ ਲੈ ਕੇ ਚੱਲ ਜਾਂਦਾ। ਬਿਲਕੁਲ, ਨਾ ਧਨ ਪਦਾਰਥ ਕੋਈ ਲਿਆਉਂਦਾ ਅਤੇ ਨਾ ਲੈ ਕੇ ਜਾਂਦਾ, ਤਾਂ ਨਾ ਇੱਥੋਂ ਲੈ ਕੇ ਜਾਂਦਾ ਜੀ ਜੀ। ਅਤੇ ਜਿਹੜਾ ਜੀਵ ਆ ਇਹ ਧਨ ਪਦਾਰਥ ਦੇ ਮੋਹ ਦੇ ਨਾਲ ਵੱਜ ਜਾਂਦਾ ਕੋਈ ਜਦ ਮੋਹ ਦਾ ਵੱਜ ਜਾਂਦਾ ਉਹਦੇ ਨਾਲ ਕੀ ਹੁੰਦਾ, ਇਹ ਦੀ ਜਿਹੜਾ ਜਨਮ ਮਰਨ ਦਾ ਚੱਕਰ ਆ ਜੀ, ਉਹ ਫਿਰ ਇਹਦਾ ਬਣਿਆ ਰਹਿੰਦਾ ਅਤੇ ਉਹ, ਪਰ ਜੇ ਉਹ ਇੰਨਾ ਤਿਆਗ ਰੱਖ ਲਵੇ ਗੁਰੂ ਦੀ ਕਿਰਪਾ ਨਾਲ ਜੀ, ਕਿ ਇਹ ਚੀਜ਼ਾਂ ਜਿਹੜੀਆਂ ਆ ਮੈਨੂੰ ਵਰਤਣ ਲਈ ਮਿਲੀਆਂ ਤਾਂ ਮੈਂ ਵਰਤ ਕੇ ਚੱਲ ਜਾਵਾਂ, ਜੀਵਨ ਜਿਹੜਾ ਨਿਰਵਾਹ ਕਰਨ ਵਾਸਤੇ ਮਿਲੀ ਆ। ਬਿਲਕੁਲ, ਉਸ ਵਾਹਿਗੁਰੂ ਨੇ ਬਖਸ਼ਿਸ਼ ਕੀਤੀ ਆ ਜੀ ਜੀ, ਅਤੇ ਇਹਨਾਂ ਨੂੰ ਮੈਂ ਵਰਤ ਕੇ ਇੱਥੋਂ ਚਲੇ ਜਾਣਾ, ਇਹ ਇੱਥੇ ਦੀ ਇੱਥੇ ਰਹਿ ਜਾਣੀ ਆ। ਬਿਲਕੁਲ, ਫਿਰ ਤਾਂ ਠੀਕ ਹੈ ਜਿੱਥੇ ਤੱਕ ਰਹਿੰਦਾ, ਪਰ ਉਹ ਇੱਥੇ ਤੱਕ ਰਹਿੰਦਾ ਨਹੀਂ ਰਹਿੰਦਾ ਕਰਕੇ ਜਿਹੜਾ ਤੁਸੀਂ ਗੱਲ ਖਤਮ ਕਰੋ। ਹਾਂਜੀ, ਜਿਸ ਤਰੀਕੇ ਨਾਲ ਤੁਸੀਂ ਇਹ ਗੱਲ ਕਰ ਰਹੇ ਹਾਂ, ਰਹਿਣ ਦਾ ਕਾਰਨ ਆ ਇਹਦੇ ਪਿੱਛੇ। ਜਦੋਂ ਜੀਵ ਪੈਦਾ ਹੁੰਦਾ, ਜੈ ਪ੍ਰਸਾਦ ਤੇਰੀ ਸੁੰਦਰ ਦੇਹੀ ਲਿਵ ਲਾਵੋ ਅਤੇ ਸਰਾਮ ਸੁਨੇਹੀ, ਇਹ ਗੁਰੂ ਨੇ ਆਪਣੇ ਸਿੱਖ ਦੀ ਝੋਲੀ ਪਾਈ ਵੀ ਜੇ ਤੂੰ ਇਸ ਵਿਸ਼ਵਾਸ 'ਤੇ ਤੁਰੇਂਗਾ ਗੱਲ ਤਾਂ ਬਣਨੀ। ਪਰ ਗੁਰੂ ਪ੍ਰਸਾਦ ਤੋਂ ਬਗੈਰ ਜਿਹੜਾ ਇਹ ਕੰਮ ਕਰ ਰਿਹਾ, ਬਚਪਨ ਤੋਂ ਅਸੀਂ ਜਦੋਂ ਬੋਰਨ ਹੋਏ ਹਾਂ ਸਾਨੂੰ ਪਤਾ ਲੱਗ ਲੈਣਾ ਚਾਹੀਦਾ ਵੀ ਅਸੀਂ ਆਖਿਰਕਾਰ ਕਿੱਦਾਂ ਦੀ ਇਨਵਾਇਰਮੈਂਟ ਵਿੱਚ ਪੈਦਾ ਹੋਏ ਸੀ, ਕਿਉਂਕਿ ਨਿਆਣੇ ਨੂੰ ਤਾਂ ਨਹੀਂ ਪਤਾ ਵੀ ਮੈਂ ਕਿੱਦਾਂ ਦੀ ਇਨਵਾਇਰਮੈਂਟ ਜਿਹਾ। ਜਦੋਂ ਅਸੀਂ ਥੋੜ੍ਹਾ ਜਿਹਾ ਮਚਿਓਰ ਹੋ ਗਿਆ, ਸਾਡੀ ਏਜ ਜ਼ਿਆਦਾ ਹੋ ਗਈ, ਫਿਰ ਤਾਂ ਅਸੀਂ ਆਪਣੇ ਆਪ ਦੀ ਐਨਾਲੋਜੀ ਲੈ ਸਕਦੇ ਹਾਂ ਵੀ ਅਸੀਂ ਕਿੱਥੋਂ ਉੱਠ ਕੇ ਕਿੱਥੇ ਤੱਕ ਪਹੁੰਚੇ ਹਾਂ, ਇਹ ਪਹੁੰਚਾਉਣ ਵਾਲਾ ਕੌਣ ਆ। ਅਕਾਲ ਪੁਰਖ ਨੇ ਸਾਰੇ ਜੀਵਾਂ ਦੇ ਅੰਦਰ ਜਿਹੜੀ ਬੈਲ ਪਾਵਰ ਦਿੱਤੀ ਹੋਆ ਮਨੁੱਖ ਨੂੰ, ਉਹ ਸਭ ਤੋਂ ਵੱਧ ਦਿੱਤੀ ਹੋਆ ਸਾਰੀ ਸ੍ਰਿਸ਼ਟੀ ਦੇ ਵਿੱਚ। ਇਸ ਕਰਕੇ ਇਸ ਬੈਲ ਪਾਵਰ ਨੂੰ ਉਹ ਵਰਤ ਕੇ ਜਿਹੜਾ ਇਨਸਾਨ ਆ ਉਹ ਪਰਮਾਤਮਾ ਦਾ ਰੂਪ ਵੀ ਬਣ ਜਾਂਦਾ। ਪਰ ਪ੍ਰੋਬਲਮ ਇਹ ਆ ਕਿ ਉਹ ਜਿਹੜੀ ਬੈਲ ਪਾਵਰ ਆ ਉਹ ਹੈਗੀ ਆ, ਪਰ ਉਹਦੀ ਪਾਵਰ ਨਹੀਂ ਉਹਨੂੰ ਸਮਝ ਲੱਗਦੀ ਵੀ ਉਹਦੀ ਤਾਕਤ ਕਿੰਨੀ ਹੈ। ਉਸ ਤਾਕਤ ਨੂੰ ਸਮਝਣ ਦੇ ਲਈ ਗੁਰੂ ਸਾਡੇ ਕੋਲ ਬਹੁਤ ਜ਼ਰੂਰੀ ਹੈ, ਪਰ ਗੁਰੂ ਨਾ ਹੋਣ ਕਰਕੇ, ਕਿਉਂਕਿ ਜੇ ਅਸੀਂ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਅੰਦਰ 700 ਅੰਗ ਦੇ ਉੱਤੇ ਇੱਕ ਸ਼ਬਦ ਆ, ਉਹਦੇ ਵਿੱਚ ਗੁਰੂ ਅਰਜਨ ਪਿਤਾ ਜੀ ਬੜਾ ਵੱਡੇ ਤਰੀਕੇ ਦੇ ਨਾਲ ਜਾਣੀ ਐਕਸਪੈਂਡ ਕਰਕੇ ਗੱਲ ਦੱਸਦੇ ਆ ਕਿ ਪੂਰਵ ਜਨਮ ਕੇ ਮਿਲੇ ਸੰਜੋਗੀ ਅੰਤ ਹੈ ਕੋਈ ਨਾ ਸਹਾਈ। ਮਤਲਬ ਪਿਛਲੇ ਜਨਮ ਤੋਂ ਲੈ ਕੇ ਜਿਹੜੇ ਸਾਡੇ ਸੰਜੋਗ ਵਿਯੋਗ ਬਣਦੇ ਆ, ਜਾਂ ਜੇ ਅਸੀਂ ਸਿਰਫ ਇਹਨੂੰ ਜੰਮਣ ਮਰਨਾ ਲੈ ਲਈਏ, ਕਿਉਂਕਿ ਗੁਰੂ ਸਾਹਿਬ ਜੀ ਨੇ ਉਹਦੇ ਨਾਲ ਇਹ ਮਟੀਰੀਅਲ ਵੀ ਸਾਰਾ ਦਿੱਤਾ ਆ ਵੀ ਜਿਹੜੀਆਂ ਗੱਡੀਆਂ ਤੈਨੂੰ ਮਿਲੀਆਂ, ਜਿਹੜੀਆਂ ਵਸਤਾਂ ਮਿਲੀਆਂ, ਜਿਹੜਾ ਤੇਰੇ ਰਿਸ਼ਤਾ ਬਣਿਆ,
ਕਿਉਂਕਿ ਅਸੀਂ ਪਹਿਲਾਂ ਤੋਂ ਦੇਖ ਲਿਆ ਕਿ ਗੁਰੂ ਮਹਾਰਾਜ ਜੀ ਨੇ ਜਿਹੜਾ ਇਹ ਫੰਡਾਮੈਂਟ ਲਿਆ, ਸੰਯੋਗ ਅਤੇ ਵਿਯੋਗ ਦੋਏ ਕਾਰ ਚਲਾਵੇ ਲੇਖੇ ਆਵੇ ਭਾਗ। ਹੁਣ ਸਾਨੂੰ ਇਹ ਸੰਯੋਗ ਵਿਯੋਗ ਦੇ ਉੱਤੇ ਡਿਪੈਂਡ ਕਰਦਾ ਕਿ ਸਾਡਾ ਕਿਹੜੀਆਂ ਚੀਜ਼ਾਂ ਨਾਲ ਸੰਯੋਗ ਬਣਦਾ ਅਤੇ ਕਿਹੜੀਆਂ ਚੀਜ਼ਾਂ ਨਾਲ ਸਾਡਾ ਵਿਯੋਗ ਬਣਦਾ। ਇਹ ਅਨੈਲਜੀ ਗੁਰੂ ਪਾਉਂਦਾ ਸਿੱਖ ਦੇ ਅੰਦਰ, ਤਾਂ ਜਾ ਕੇ ਇਹ ਇਸ ਗੱਲ ਨੂੰ ਸਮਝਣ ਦਾ ਮਤਲਬ ਪਰਿਪੱਕ ਹੁੰਦਾ। ਪ੍ਰੋਬਲਮ ਇਹ ਆ ਕਿ ਗੁਰੂ ਸਰੈਂਡਰ, ਗੁਰੂ ਦੇ ਅੱਗੇ ਗੁਰੂ ਨੂੰ ਤਾਂ ਇੰਪੋਰਟੈਂਸ ਨਹੀਂ ਦਿੰਦਾ। ਨਾਨਕ ਗੁਰੂ ਨਾਲ ਚੇਤ ਨਹੀਂ, ਮਨ ਆਪਣੇ ਸੁਚੇਤ, ਆਪਣੇ ਆਪ ਨੂੰ ਆਪਣੀ ਮਤ ਨਾਲ ਆਪੇ ਹੀ ਸੁਚੇਤ ਅਵਸਥਾ ਦੇ ਵਿੱਚ ਸਮਝਦਾ, ਗੁਰੂ ਨੂੰ ਗ੍ਰਹਿਣ ਨਹੀਂ ਕਰਦਾ। ਗੁਰੂ ਉਹ ਹੀ ਲੈਂਦਾ ਜਿਹੜਾ ਇਹਨੂੰ ਮਾਇਆ 'ਚ ਰੱਖਦਾ, ਭਾਵ ਅਧੂਰਾ ਗੁਰੂ ਜਿਹੜੀ ਵਿਪਰੀਤ ਮਤ ਹੈ ਉਹਨੂੰ ਲੈ ਕਰਕੇ ਹੀ ਇਹ ਸਮਝਦਾ ਕਿ ਆਹ ਜੱਗ ਮਿੱਠਾ ਅਗਲਾ ਕਿਹਨੇ ਡਿੱਠਾ। ਇਹਨੇ ਜਿੰਨਾ ਵੀ ਇਹਦਾ ਮਟੀਰੀਅਲ ਐਸਡ ਆ, ਮਾਇਆ ਦਾ ਜਿਹੜਾ ਵੀ ਸਾਡਾ ਓਬਜੈਕਟ ਆ, ਉਹਦੇ ਵਿੱਚ ਚਾਹੇ ਗੱਡੀ ਆ, ਚਾਹੇ ਘਰ ਆ, ਚਾਹੇ ਮੋਟਰ, ਹੋਰ ਇੱਦਾਂ ਦਾ ਮਟੀਰੀਅਲ, ਚਾਹੇ ਮਹਿੰਗੇ ਮਹਿੰਗੇ ਕੱਪੜੇ ਪਾਉਣੇ ਆ ਜਾਂ ਜਿਊਲਰੀ ਪਾਉਣੀ ਆ, ਇਹ ਸਾਰੀਆਂ ਦਾ ਗੁਰੂ ਮਹਾਰਾਜ ਨੇ ਇਹਨਾਂ ਨੂੰ ਰਸ ਵੀ ਕਿਹਾ ਇੱਕ ਥਾਂ 'ਤੇ, ਵੀ ਇਹਨਾਂ ਰਸਾਂ ਦੇ ਵਿੱਚ ਫਸਿਆ ਆ ਜੀਵ, ਕਹਿ ਘੱਟ ਬ੍ਰਹਮ ਨਿਵਾਸ, ਰਸ ਸੋਨਾ ਰਸ ਮੰਦਰ ਭਾਵ ਉਹ ਸਾਰੇ ਰਸਾਂ ਦੀ ਗੱਲ ਕਰਕੇ ਉਹਦੇ ਵਿੱਚ ਵੀ ਗੁਰੂ ਮਹਾਰਾਜ ਨੇ ਕਿਹਾ ਵੀ ਜੇ ਇੰਨੇ ਰਸ ਸਾਡੀ ਹਿਰਦੇ ਦੇ ਵਿੱਚ ਹੈਗੇ ਆ ਤਾਂ ਫਿਰ ਕਹਿਤ ਘੱਟ ਬ੍ਰਹਮ ਨਿਵਾਸ, ਫਿਰ ਕਿਹੜੇ ਫਿਰ ਹਿਰਦੇ ਦੇ ਕਿਹੜੇ ਭਾਗ 'ਚ ਬ੍ਰਹਮ ਦਾ ਨਿਵਾਸ ਹੋਊਗਾ। ਸੋ ਉੱਥੇ ਵੀ ਇਸ ਗੱਲ ਨੂੰ ਗੁਰੂ ਮਹਾਰਾਜ ਜੀ ਨੇ ਕਲੀਅਰ ਕੀਤਾ ਕਿ ਜੀਵ ਜਿਹੜਾ ਫਸਦਾ ਗਾ ਤੇ ਆ, ਫਸਣ ਦਾ ਕਾਰਨ ਹੈਗਾ ਇਹਦਾ ਹਉਮੈ। ਹਉਮੈ ਜਿਹੜੀ ਆ ਸਾਨੂੰ ਇਹ ਇੰਡੀਕੇਟ ਕਰਦੀ ਆ ਕਿ ਰੱਬ ਕੋਈ ਹੋ ਰਿਹਾ ਅਤੇ ਮੈਂ ਉਹ ਤੋਂ ਵੱਖਰਾ ਹਾਂ। ਜਦੋਂ ਇਹ ਆਪਣੇ ਵੱਖਰੇ ਬਣ ਦੀ ਹਸਤੀ ਆਪਣੀ ਪਰਸਨੈਲਿਟੀ ਨੂੰ ਮੇਨਟੇਨ ਕਰਦਾ, ਉਸ ਪਰਸਨੈਲਿਟੀ ਨੂੰ ਮੇਨਟੇਨ ਕਰਦਾ ਕਰਦਾ ਫਿਰ ਇੱਕ ਦਿਨ ਰੱਬ ਨੂੰ ਇਹ ਭੁੱਲ ਹੀ ਜਾਂਦਾ। ਮਨਮੁੱਖ ਦੀ ਜਿਹੜੀ ਹਾਲਤ ਹੁੰਦੀ ਹੈ ਉਹ ਇਹੋ ਜਿਹੀ ਹੁੰਦੀ ਆ, ਜਿਹੜਾ ਮਨਮੁੱਖ ਹੁੰਦਾ ਉਹ ਆਪਣੇ ਆਪ ਤੋਂ ਛੁੱਟ ਸਾਰਿਆਂ ਨੂੰ ਬੇਵਕੂਫ ਮੰਨਦਾ, ਉਹ ਕਹਿੰਦਾ ਵੀ ਮੈਂ ਹੀ ਸਿਆਣਾ ਬਾਕੀ ਸਾਰੇ ਬੇਅਕਲੇ ਹੀ ਆ। ਪਰ ਜਦੋਂ ਜਿੱਦਾਂ ਕਹਿ ਦਈਏ ਉਹਦੀ ਮਨਮੁੱਖਤਾ ਦੇ ਕਾਰਮ, ਜਿਹੜਾ ਉਹਦਾ ਕਰਮ ਖੇਤਰ ਬਣਦਾ ਮਨਮੁੱਖਤਾ ਦਾ, ਉਹ ਕਰਮ ਖੇਤਰ ਦੇ ਵਿੱਚ ਇੰਨੇ ਜ਼ਿਆਦਾ ਗਲਤ ਕੰਮ ਕਰ ਲੈਂਦਾ, ਉਹ ਗਲਤ ਕੰਮ ਕਰਦਾ ਕਰਦਾ ਫਿਰ ਉਹਦੇ ਪੈਟਰਨ ਬਣ ਜਾਂਦਾ ਉਹ ਗਲਤ ਕੰਮ ਕਰਨ ਦਾ। ਅਤੇ ਜਦੋਂ ਜਿੱਦਾਂ ਕਹਿ ਦਈਏ ਜੇ ਕਿਸੇ ਨੇ ਈਜ਼ੀ ਮਨੀ ਬਣਾਉਣਾ, ਕਹਿਣਾ ਬੈਂਕਰਪਸੀ ਕਰ ਲਓ ਚਾਹੇ ਚੋਰੀ ਕਰ ਲਓ ਡਾਕਾ ਮਾਰ ਲਓ, ਜੇ ਈਜ਼ੀ ਚਿੜ ਚੀਪ ਲੋਕ ਕਰਦੇ ਆ ਉਹ ਇੱਦਾਂ ਫਸ ਜਾਂਦੇ ਆ। ਉਹ ਬਾਅਦ 'ਚ ਜਦੋਂ ਪਹਿਲਾਂ ਪੈਟਰਨ ਬਣਦਾ, ਪਹਿਲਾਂ ਤਾਂ ਬੰਦੇ ਨੂੰ ਨਹੀਂ ਸਮਝ ਲੱਗਦੀ, ਜਦੋਂ ਇਹ ਤਈਆਂ ਦੀਆਂ ਤਈਆਂ ਅੰਦਰ ਜਮ੍ਹਾਂ ਹੋ ਜਾਂਦੀਆਂ ਫਿਰ ਇੰਪੈਕਟ ਆਉਂਦਾ, ਫਿਰ ਟਾਈਮ ਪਾ ਕੇ ਆਉਂਦਾ। ਕਿਉਂਕਿ ਜਿਹੜੀ ਕਰਮਾਂ ਦੀ ਖੇਤੀ ਆ ਖਾਣੀ ਆਪਣੇ ਆਪ ਨੂੰ ਆਪੇ ਹੀ ਪੈਣੀ ਆ, ਪਰ ਇਹ ਕਰਮਾਂ ਦੀ ਜਿਹੜੀ ਖੇਤੀ ਆ ਇਹਦੇ ਵਿੱਚ ਕਿਸੇ ਨੂੰ ਆਪਾਂ ਦੋਸ਼ ਨਹੀਂ ਦੇ ਸਕਦੇ। ਕਿਉਂ? ਕਿਉਂਕਿ ਦੱਦਾ ਦੋਸ਼ ਨਾ ਦੇ ਕਹੂੰ, ਦੋਸ਼ ਕਰਮਾਂ ਆਪਣੇ ਆ, ਜੋ ਮੈਂ ਕੀਤਾ ਸੋ ਮੈਂ ਪਾਇਆ, ਦੋਸ਼ ਨਾ ਦੀਜਾ ਅਵਰ ਜਣਾ। ਕਿਉਂ? ਹਉਮੈ ਦੇ ਵਿੱਚ ਮੈਂ ਇਹ ਕਿਹਾ ਸੀ ਮੈਂ ਰੱਬ ਨਾਲੋਂ ਵੱਖਰਾ ਹਾਂ, ਜੇ ਰੱਬ ਨਾਲੋਂ ਵੱਖਰਾ ਹਾਂ ਫਿਰ ਮੈਂ ਉੱਦਾਂ ਦੀ ਪਰਸਨੈਲਿਟੀ ਬਣਾਤੀ, ਹੁਣ ਫਿਰ ਰੱਬ ਦੇ ਉੱਤੇ ਦੋਸ਼ ਨਹੀਂ ਦਿੱਤਾ ਜਾ ਸਕਦਾ ਕਿਉਂਕਿ ਇਹ ਤਾਂ ਆਪਣਾ ਹੀ ਕਰਮ ਕੀਤਾ ਆ। ਜੇ ਪਰਮਾਤਮਾ ਨੇ ਮਿੱਥ ਕੇ ਸਾਨੂੰ ਮਾੜੇ ਬਣਾਉਣਾ ਹੁੰਦਾ ਤਾਂ ਫਿਰ ਇਹ ਜ਼ਰੂਰ ਆ ਵੀ ਮੂਲ ਮੰਤਰ ਦੇ ਵਿੱਚ ਨਿਰਵੈਰ ਅਤੇ ਨਿਰਭਉ ਜਿਹੜਾ ਆ ਇਹ ਦੋ ਹੀ ਗੁਣ ਨਹੀਂ ਸੀ ਹੋਣੇ ਚਾਹੀਦੇ, ਕਿਉਂਕਿ ਜਿਹੜਾ ਨਿਰਵੈਰ ਆ ਉਹ ਕਿਸੇ ਦੇ ਨਾਲ ਵੈਰ ਵਿਰੋਧ ਨਹੀਂ ਪਰਸਨਲ ਕਰਦਾ। ਸੋ ਇਸ ਕਰਕੇ ਸਾਨੂੰ ਪਰਮਾਤਮਾ ਦਾ ਕੋਨਸੈਪਟ ਵੀ ਕਲੀਅਰ ਹੋਣਾ ਚਾਹੀਦਾ ਅਤੇ ਆਪਣੇ ਆਪ ਦੀ ਜਿਹੜੀ ਹਸਤੀ ਬਣਾ ਕੇ ਬੈਠੇ ਹਾਂ ਉਹਦਾ ਵੀ ਕਲੀਅਰ ਹੋਣਾ ਚਾਹੀਦਾ। ਇਹ ਕਾਰਨ ਦੇ ਵਿੱਚ ਜਿਹੜੀ ਲੋਭੀ ਜੀੜਾ ਥਰਨਾ ਰਹਿਤ ਹੈ ਚਾਰੇ ਕੁੰਟਾਂ ਭਾਲੇ ਦੀ ਗੱਲ ਆ, ਜੀਵ ਮਾਇਆ ਦੇ ਮੋਹ ਦੇ ਵਿੱਚ ਇੰਨੀ ਅਟੈਚਮੈਂਟ ਆ, ਇਹਦੇ ਵਿੱਚ ਇਹ ਕਹਿ ਰਿਹਾ ਕਿ ਸਾਰਾ ਮਟੀਰੀਅਲ ਇੱਥੇ ਰਹਿਣਾ, ਮੈਂ ਨਹੀਂ ਮਰਨਾ, ਬਾਕੀ ਸਾਰੇ ਸੰਸਾਰ ਨੇ ਮਰ ਜਾਣਾ। ਗੁਰੂ ਸਾਹਿਬ ਉਸੇ ਗੱਲ ਨੂੰ ਇੱਥੇ ਦੱਸ ਰਹੇ ਆ ਵੀ ਤੂੰ ਦੱਸ ਜਿਹੜੀ ਚੀਜ਼ ਤਾਂ ਜਨਮ ਤੋਂ ਬਾਅਦ ਇੱਥੇ ਸਾਰੀ ਇਕੱਤਰ ਕੀਤੀ ਤੂੰ ਪਿੱਛੋਂ ਲੈ ਕੇ ਆਇਆ ਸੀ। ਸੋ ਗੁਰੂ ਸਾਹਿਬ ਉੱਥੇ ਇਸ ਗੱਲ ਨੂੰ ਸਮਝਾਉਂਦੇ ਆ ਵੀ ਜੇ ਤੂੰ ਥੋੜ੍ਹਾ ਜਿਹਾ ਵੀ ਐਨੈਲਜੀ ਲਊਗਾ ਤਾਂ ਤੈਨੂੰ ਇਹ ਸਮਝ ਲੱਗੇਗੀ ਕਿ ਜੋ ਕੁਛ ਮਿਲਿਆ ਮਾਲਕ ਦੀ ਬਖਸ਼ਿਸ਼ ਨਾ ਤੇਰੇ ਕਰਮ ਖੇਤਰ ਦੇ ਵਿੱਚ ਹੀ ਇੱਥੋਂ ਮਿਲਿਆ ਅਤੇ ਇੱਥੇ ਛੱਡ ਜਾਣਾ, ਮਟੀਰੀਅਲ ਕਦੇ ਕੋਈ ਨਾ ਲੈ ਕੇ ਆਇਆ ਅਤੇ ਨਾ ਕਿਸੇ ਨੇ ਲੈ ਕੇ ਜਾਣਾ। ਹੁਣ ਇੱਥੇ ਇੱਕ ਸਵਾਲ ਆ ਗਿਆ ਨੇ ਜੀ, ਹਾਂਜੀ, ਉਹ ਇਹ ਆ ਬਈ ਇਹ ਜਿਹੜੇ ਜੀਵ ਆ ਉਹਨਾਂ ਨੂੰ ਇਹ ਪਤਾ ਤਾਂ ਹੈ ਬਈ ਸਾਡੇ ਨਾਲ ਕੁਛ ਨਹੀਂ ਆਇਆ, ਨਾ ਅਸੀਂ ਮਰਨ ਤੋਂ ਬਾਅਦ ਕੁਛ ਲੈ ਕੇ ਜਾਣਾ। ਇਹ ਅਰਧ ਚੇਤਨ ਵਿੱਚ ਆ, ਹਾਂ, ਅਰਧ ਚੇਤਨ ਦਾ ਅੱਧਾ ਜਾਗਦਾ, ਹਾਂ, ਸੁੱਤ ਨੀਂਦ ਜਿਹੇ 'ਚ ਆ ਵੀ ਥੋੜ੍ਹਾ ਜਿਹਾ ਕਈ ਵਾਰੀ ਮੰਨਦਾ ਵੀ ਮੈਂ ਨਹੀਂ ਲੈ ਕੇ ਆਇਆ, ਪਰ 100% ਮਨ ਸੁਚੇਤ ਨਹੀਂ ਗਾ। ਹੁਣ ਗੱਲ ਇਹ ਆ ਇਹ ਫਿਰ ਵੀ ਇਸ ਚੀਜ਼ ਨੂੰ ਜਾਣੀ ਕਿ ਜਾਣਨ ਤੋਂ ਬਾਅਦ ਵੀ ਉਹ ਇਹ
ਇਹਦੇ ਵਿੱਚ ਫਿਰ ਜਕੜਿਆ, ਇਹਦਾ ਕਾਰਨ ਕੀ ਆ? ਇਹਦਾ ਕਾਰਨ ਇਹ ਆ ਕਿ ਜਿਹੜੀ ਐਡਿਕਸ਼ਨ ਨਹੀਂ ਹੁੰਦੀ। ਗੁਰੂ ਮਹਾਰਾਜ ਜੀ ਨੇ ਆਸਾ ਦੀ ਵਾਰ ਵਿੱਚ ਲੱਭ ਪਾਪ ਦੋਏ ਰਾਜਾ ਮਹਿਤਾ, ਕੂੜ ਹੁਆ ਸਿੱਖਦਾ, ਕਾਮ ਨੈਬ ਬਹਿ ਪੁੱਛੀਏ, ਬਹਿ ਬਹਿ ਕਰੇ ਵਿਚਾਰ, ਅੰਧੀ ਰਹੀਤ ਗਿਆਨ ਵਿਹਾਉਣੀ, ਭਾਏ ਪਿਆ ਮਰਦਾਰ। ਹੁਣ ਇਸ ਜਦੋਂ ਆਪਾਂ ਸ਼ਬਦ ਨੂੰ ਪੜ੍ਹਦੇ ਹਾਂ ਗੁਰੂ ਸਾਹਿਬ ਜੀ ਦੇ, ਉਹਦੇ ਵਿੱਚ ਸਾਰੀ ਸਾਡੇ ਹਿਰਦੇ ਦੀ ਮੈਨੇਜਮੈਂਟ ਦੀ ਗੱਲ ਕਰਦੇ ਆ ਵੀ ਸਾਡੇ ਹਿਰਦੇ ਦੀਆਂ ਜਿਹੜੀਆਂ ਡਰਾਈਵਸ ਆ ਸਾਰੀਆਂ ਉਹ ਕਿਹੜੇ ਤਰੀਕੇ ਨਾਲ ਕੰਮ ਕਰ ਰਹੀਆਂ। ਲਵ ਹੁੰਦਾ ਚਸਕਾ, ਚਸਕਾ ਜਦੋਂ ਪ੍ਰਧਾਨ ਬਣ ਜਾਵੇ ਸਾਡੇ ਜੀਵਨ ਦੇ ਵਿੱਚ, ਅੱਖਾਂ ਨੂੰ ਦੇਖਣ ਦਾ ਚਸਕਾ ਪਰਾਇਆ ਰੂਪ ਤੱਕ ਕੇ ਆਪਣੇ ਸੰਸਕਾਰ ਬਣਾਉਂਦਾ, ਜਿਹੜਾ ਜੀਵ ਆ ਇਹਨੂੰ ਟੇਸਟ ਦਾ ਚਸਕਾ, ਵਧੀਆ ਵਧੀਆ ਸਵਾਦੀ ਭੋਜਨ ਦਾ ਚਸਕਾ, ਫਿਰ ਜਿਹੜੀ ਸਾਡਾ ਮਨ ਆ ਇਹਨੂੰ ਕਹਿਣਾ ਵੀ ਮੇਰੇ ਸਰੀਰ ਦੇ ਉੱਤੇ ਵਧੀਆ ਸੋਨਾ, ਵਧੀਆ ਗਹਿਣੇ, ਵਧੀਆ ਵਸਤਰ ਪਾਉਣ ਦਾ ਚਸਕਾ। ਜਦੋਂ ਇਹ ਚਸਕਿਆਂ ਦੇ ਵਿੱਚ ਐਡਿਕਸ਼ਨ ਹੋ ਗਿਆ, ਅਗਿਆਨਤਾ ਜਿਹੜੀ ਆ ਉਹ ਇਹਦੇ ਅੰਦਰ ਆ, ਅਗਿਆਨਤਾ ਦੇ ਕਾਰਨ ਇਹ ਚਸਕੇ ਕ੍ਰੀਏਟ ਕਰਦਾ। ਅਤੇ ਚਸਕਿਆਂ ਦੇ ਵਿੱਚ ਜਿੱਦਾਂ ਮੱਖੀ ਸ਼ਹਿਦ ਨੂੰ ਆਯੂ ਉੱਥੇ ਮਰ ਜਾਂਦੀ ਆ, ਕਿਉਂਕਿ ਉਹ ਜਦੋਂ ਮੱਖੀ ਸ਼ਹਿਦ ਚੱਕਦੀ ਆ ਉਹਦੇ ਜਿਹੜੇ ਫਰ ਹੁੰਦੇ ਆ ਉਹ ਉਹਦੇ ਵਿੱਚ ਲੱਗ ਜਾਂਦੇ ਆ, ਅਤੇ ਨਾਲ ਲੱਗਦਾ ਮੱਖੀ ਦੇ ਅੰਦਰ ਵੀ ਅਟੈਚਮੈਂਟ ਹੁੰਦੀ ਵੀ ਮੈਂ ਇਹ ਸਾਰਾ ਹੁਣ ਚੱਕੀ ਲਿਜਾਵਾਂ। ਪਰ ਜਿਹੜਾ ਸ਼ਹਿਦ ਨੂੰ ਆਈ ਆ ਉਹ ਉੱਥੇ ਹੀ ਮਰ ਜਾਂਦੀ ਆ, ਭਾਵ ਜਿਹੜਾ ਜਿਹੜੇ ਗੁੜ ਦੇ ਉੱਤੇ ਮੱਖੀ ਬਹਿੰਦੀ ਪੁਰਾਣੇ ਟਾਈਮਾਂ 'ਚ, ਮੱਖੀ ਉੱਥੇ ਮਰ ਜਾਂਦੀ ਸੀ ਕਿਉਂਕਿ ਮੱਖੀ ਦੇ ਜਿਹੜੇ ਪਰ ਆ ਉਹ ਸਾਰੇ ਗੁੜ ਨਾਲ ਲਿਬੜ ਜਾਂਦੇ ਸੀ ਅਤੇ ਉੱਥੇ ਖਾ ਖਾ ਕੇ ਉੱਥੇ ਮਰ ਜਾਂਦੀ ਆ। ਇਸੇ ਤਰ੍ਹਾਂ ਜਿਹੜਾ ਜੀਵ ਆ ਇਹਦੇ ਅੰਦਰ ਹੈਗੀ ਅਗਿਆਨਤਾ। ਅਗਿਆਨਤਾ ਦੀ ਆਪਾਂ ਜੇ ਪਰਿਭਾਸ਼ਾ ਦੇਈਏ, ਇੱਕ ਤਾਂ ਹੁੰਦੀ ਨਾ ਸਮਝੀ ਕਹਿਣਾ, ਦੂਜਾ ਹੁੰਦਾ ਐਰੋਗੈਂਟ। ਜਿਹੜੀ ਅਗਿਆਨਤਾ ਆ ਇਹ ਐਰੋਗੈਂਟ ਨੂੰ ਕਹਿੰਦੇ ਵੀ ਮੈਂ ਸਿੱਖਣਾ ਹੀ ਨਹੀਂ ਚਾਹੁੰਦਾ, ਆਪਣੇ ਆਪ 'ਚ ਆਪੇ ਪਰਫੈਕਟ ਬਣਿਆ ਬੈਠਾ। ਜਿਹੜਾ ਅਣਜਾਣ ਆ ਉਹਨੇ ਸਮਝ ਲੈਣਾ, ਜਿਹੜਾ ਨਾ ਸਮਝਿਆ ਉਹਨੇ ਸਮਝ ਲੈਣਾ, ਪਰ ਜਿਹੜਾ ਅੰਦਰੋਂ ਇਹ ਸਮਝਦਾ ਕਿ ਮੈਨੂੰ ਸਾਰੀ ਸਮਝ ਹੈਗੀ ਆ ਉਹਨੇ ਨਹੀਂ ਸਮਝਣਾ, ਅਗਿਆਨੀ ਉਹਨੂੰ ਕਹਿੰਦੇ ਆ। ਸੋ ਇਸ ਕਰਕੇ ਅਗਿਆਨਤਾ ਦੇ ਕਾਰਨ ਇਹ ਐਡਿਕਸ਼ਨ ਦੇ ਵਿੱਚ ਬੈਠਾ, ਤਾਂ ਕਰਕੇ ਇਹਦੇ ਨਾਲ ਅਟੈਚਮੈਂਟ ਹੈ ਇਹਦੀ। ਠੀਕ ਜੀ। ਅੱਛਾ ਮਹਾਰਾਜ ਸਾਨੂੰ ਇਹ ਤੋਂ ਗਾਹ ਦੱਸਦੇ ਆ ਜੀ ਕਿ ਡੋਲ ਬੱਧਾ ਕਸ ਜੀਵਰੀ ਆਕਾਸ ਪਤਾਲਾ। ਜੀ ਜੀ ਜੀ, ਪਹਿਲਾਂ ਉਹ ਜਮ ਜਾਲ ਵੀ ਸੀ ਨਾਲ ਬੱਝੇ, ਹੈ ਨਾ, ਤੇ ਪਹਿਲਾਂ ਉਹਦੀ ਵੀ ਗੱਲ ਹੋਣੀ ਚਾਹੀਦੀ ਹੈ, ਉਹਨੂੰ ਉਹਦੀ ਵੀ ਖੋਲ ਲੈਂਦੇ ਆ ਆਪਾਂ। ਉਹਦੀ ਗੱਲ ਇਸ ਤਰ੍ਹਾਂ ਵੀ ਜਿਹੜਾ ਜਮ ਜਾਲ ਆ, ਹਾਂ ਹਾਂ, ਕਿਉਂਕਿ ਮਿੱਠਾ ਕਰਕੇ ਖਾਇਆ ਕੌੜਾ ਉਪਜਿਆ ਸਵਾਦ, ਹਾਂ, ਜਦੋਂ ਕੌੜਾ ਸਵਾਦ ਆਉਂਦਾ ਫਿਰ, ਹੈ ਨਾ, ਉਹ ਜਿਹੜੇ ਜਮਜਾਲ ਆ ਫਿਰ ਬੰਨ ਲੈਂਦੇ ਆ। ਉਹ ਹੁਣ ਦੇਖੋ ਜਮਜਾਲ ਵੈਸੇ ਤਾਂ ਦੇਖਿਆ ਜਾਵੇ ਤਾਂ ਉਹ ਬੰਦੇ ਦੇ ਆਤਮਕ ਮੌਤ ਦਾ ਹੀ ਨਾਂ ਆ, ਬਸ ਹੈ ਜੀ, ਹਾਂ, ਪਰ ਉਹਨਾਂ ਨੂੰ ਫਿਜ਼ੀਕਲ ਰੂਪ ਵੀ ਕੁਛ ਲੋਕਾਂ ਨੇ ਸਮਝਾਉਣ ਵਾਸਤੇ ਦਿੱਤਾ ਜੀ, ਅਤੇ ਬਈ ਉਹ ਕੋਨਸੈਪਟ ਕੀ ਆ ਜੀ, ਪਰ ਜ਼ਿਆਦਾ ਲੋਕ ਕਿਉਂਕਿ ਫਿਜ਼ੀਕਲੀ ਜ਼ਿੰਦਗੀ ਜੀਂਦੇ ਹੋਣ ਕਰਕੇ ਉਹ ਫਿਜ਼ੀਕਲ ਚੀਜ਼ ਦੇ ਨਾਲ ਬੱਝ ਜਾਂਦੇ। ਬਿਲਕੁਲ, ਜਿਹੜਾ ਜਮਜਾਲ ਹੁੰਦਾ, ਕਿਉਂਕਿ ਆਪਣੇ ਆਪ ਦੀ ਅਸੀਂ ਜੀਵਨ ਨੂੰ ਕਿੱਦਾਂ ਸਮਝਦੇ ਹਾਂ, ਕਿਉਂਕਿ ਸਾਨੂੰ ਇਹ ਪਤਾ ਲੱਗ ਜਾਣਾ ਚਾਹੀਦਾ ਕਿ ਸਰੀਰ, ਆਤਮਾ ਅਤੇ ਮਨ, ਇਹ ਸਾਡੇ ਤਿੰਨੀਆਂ ਕੈਟਾਗਰੀਆਂ ਸਾਨੂੰ ਸਮਝ ਲੱਗਣੀ ਚਾਹੀਦੀ ਆ, ਵੀ ਸੋਲ ਕੌਨਸ਼ੀਅਸ, ਮਾਇੰਡ ਕੌਨਸ਼ੀਅਸ ਅਤੇ ਬਾਡੀ ਕੌਨਸ਼ੀਅਸ। ਇਹ ਤਿੰਨਾਂ ਦੇ ਵਿੱਚ ਜਿਹੜੇ ਮਨ ਦੇ ਅੰਦਰ ਜਿਹੜੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਆ, ਜਦੋਂ ਉਹ ਸੁਚੇਤ ਅਵਸਥਾ 'ਚ ਨਹੀਂ ਹੈਗੇ, ਗੁਰੂ ਮਤ ਕੋਲ ਨਹੀਂ ਹੈਗੀ, ਤਾਂ ਉਹ ਫਿਰ ਅਗਿਆਨਤਾ ਦੇ ਹਨੇਰੇ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੰਦੇ ਆ। ਜਦੋਂ ਅਗਿਆਨਤਾ ਦੇ ਹਨੇਰੇ ਵਿੱਚ ਉਹ ਡਰਾਈਵਸ ਕੰਮ ਕਰਨਾ ਸ਼ੁਰੂ ਕਰਦੇ ਆ, ਅਤੇ ਸੰਸਕਾਰ ਜਿਹੜੇ ਆ ਬਣਾ ਬਣਾ ਕੇ ਸਾਡੇ ਪੈਕੇਜ ਵਿੱਚ ਪਾਉਂਦੇ ਆ, ਅਤੇ ਉਹ ਪੈਕੇਜ ਐਡਾ ਵੱਡਾ ਬਣਾਉਂਦੇ ਆ, ਅਤੇ ਕਿਉਂਕਿ ਸੈਲਫ ਅਵੇਅਰਨੈਸ ਹੈ ਨਹੀਂ ਗੀ ਵੀ ਮੇਰੇ ਪਿੱਛੇ ਪਰਮਾਤਮਾ ਵੀ ਵੱਸਦਾ, ਹਰ ਜੀ ਉਹ ਗੁਫਾ ਅੰਦਰ ਰੱਖ ਕੇ ਬਾਜਾ ਪਵਨ ਵਜਾਇਆ, ਪਰ ਉਹਨੂੰ ਇਹ ਮੰਨਦਾ ਨਹੀਂ ਗਾ, ਉਹਨੂੰ ਨਾ ਮੰਨਣ ਕਰਕੇ ਮਾਇੰਡ ਨੂੰ ਮੰਨ ਰਿਹਾ ਅਤੇ ਬੋਡੀ ਨੂੰ ਮੰਨ ਰਿਹਾ, ਬੋਡੀ ਨੂੰ ਆਪਣਾ ਸਾਧਨ ਸਮਝਦਾ ਵੀ ਬੋਡੀ ਦੇ ਨਾਲ ਮੈਂ ਸਾਰਾ ਕੁਛ ਇਕੱਤਰ ਕਰਨਾ, ਅਤੇ ਬੋਡੀ ਦੇ ਵਿੱਚ ਜਿਹੜਾ ਮਨ ਆ ਉਹ ਮਿਸਮੈਨੇਜਮੈਂਟ ਵਿੱਚ ਬੈਠਾ, ਕਿਉਂਕਿ ਉਹਦੇ ਕੋਲ ਗੁਰੂ ਦਾ ਗਿਆਨ ਹੈ ਨਹੀਂ ਗਾ। ਅਗਿਆਨਤਾ ਦੇ ਅੰਧਕਾਰ ਦੇ ਵਿੱਚ ਜਦੋਂ ਉਹ ਇਹ ਕੰਮ ਕਰਦਾ, ਉਹ ਇਹਨੂੰ ਆਤਮਕ ਮੌਤੇ ਮਾਰ ਦਿੰਦਾ, ਕਿਉਂਕਿ ਉਹ ਸਿਰਫ ਓਬਜੈਕਟ ਹੀ ਦੇਖਣ ਲੱਗ ਪੈਂਦਾ, ਪਿੱਛੇ ਸਬਜੈਕਟ ਨੂੰ ਭੁੱਲ ਜਾਂਦਾ। ਸੋ ਇਸ ਕਰਕੇ ਇਹ ਆਤਮਕ ਮੌਤ ਸਹੇੜ ਲੈਂਦਾ। ਹਾਂਜੀ ਹਾਂਜੀ, ਚਲੋ। ਅੱਛਾ ਮਹਾਰਾਜ ਸਾਨੂੰ ਹੋਰ ਦੱਸਦੇ ਆ ਕਿ ਡੋਲ ਬੱਧਾ ਕਸ ਜੀਵਰੀ ਆਕਾਸ ਪਤਾਲਾ। ਹਾਂਜੀ, ਇਹ ਹੁਣ ਗੁਰੂ ਮਹਾਰਾਜ ਨੇ ਐਗਜ਼ਾਮਪਲ ਦਿੱਤੀ ਸਾਨੂੰ। ਹਾਂ ਜੀ, ਜਿਸ ਤਰ੍ਹਾਂ ਇੱਕ ਡੋਲ ਰੱਸੀ ਦੇ ਨਾਲ ਘੁੱਟ ਕੇ ਬੰਨਿਆ ਆ, ਜਾਂ ਪੁਰਾਣੇ ਟਾਈਮਾਂ ਦੇ ਵਿੱਚ ਜਿੱਦਾਂ ਅਸੀਂ ਖੂਹ 'ਚੋਂ ਪਾਣੀ ਕੱਢਦੇ ਹੁੰਦੇ ਸੀ, ਹਾਂ, ਕੱਸ ਕੇ ਬੰਨਿਆ ਆ, ਅਤੇ ਉਹ ਕਦੇ ਜਾਂਦਾ ਆਕਾਸ਼ ਵਿੱਚ, ਕਦੇ ਜਾਂਦਾ ਪਤਾਲ ਵਿੱਚ। ਬਿਲਕੁਲ। ਹੁਣ ਜਿਹੜਾ ਜੀਵ ਆ ਉਹ ਵੀ ਮਾਇਆ ਦੇ ਮੋਹ ਦੀ ਰੱਸੀ ਦੇ ਨਾਲ ਇੰਨਾ ਕੱਸ ਕੇ ਬੱਝਾ, ਇੰਨਾ ਕੱਸ ਕੇ ਬੱਝਾ ਆ ਕਿ ਉਹ ਜਿਹੜੀ ਇਹਦੀ ਹਾਲਾਤ ਹੈ ਜਿਹੜੀ,
ਉਹ ਡੋਲ ਅਰਗੀ ਹੈ, ਉਹ ਡੋਲ ਅਰਗੀ ਆ ਬਿਲਕੁਲ, ਸਥਿਰਤਾ ਸਥਿਰਤਾ ਹੈ ਨਹੀਂ ਅਤੇ ਉਹ ਜਾਣੀ ਕਿ ਜਿਸ ਤਰ੍ਹਾਂ ਮਾਇਆ ਜਿਹੜੀ ਆ ਉੱਪਰ ਥੱਲੇ ਹੁੰਦੀ ਆ ਜੀ, ਇਸੇ ਤਰ੍ਹਾਂ ਜੀਵ ਵੀ ਜਿਹੜਾ ਆ ਇਹ ਇਹਦੇ ਨਾਲ ਉੱਪਰ ਥੱਲੇ ਹੋ ਰਿਹਾ, ਕਿਉਂਕਿ ਜਿਹੜਾ ਜਦੋਂ ਅਸੀਂ ਓਬਜੈਕਟ ਦੀ ਗੱਲ ਕਰਦੇ ਹਾਂ ਮਟੀਰੀਅਲ ਵਰਲਡ ਓਲਵੇਜ਼ ਚੇਂਜ ਹੋ ਰਿਹਾ, ਇਹਦੇ ਵਿੱਚ ਐਵੋਲਿਊਸ਼ਨ ਹੋ ਰਿਹਾ, ਇਸੇ ਤਰੀਕੇ ਨਾਲ ਸਾਨੂੰ ਜਿਹੜਾ ਮਾਇੰਡ ਕੌਨਸ਼ੀਅਸ ਆ ਉਹਦੇ ਵਿੱਚ ਵੀ ਐਵੋਲਿਊਸ਼ਨ ਹੋ ਰਿਹਾ, ਪਰ ਜੇ ਅਸੀਂ ਧਿਆਨ ਦੇ ਨਾਲ ਦੇਖੀਏ ਜਿਹੜਾ ਆਤਮਾ ਜਿਹਨੂੰ ਆਪਾਂ ਰੱਬ ਕਹਿੰਦੇ ਹਾਂ ਉਹਦੇ ਵਿੱਚ ਕੋਈ ਐਵੋਲਿਊਸ਼ਨ ਨਹੀਂ ਗਾ, ਕਿਉਂਕਿ ਉਹ ਸਦੀਵੀ ਸਥਿਰ ਰਹਿਣ ਵਾਲੀ ਇੱਕ ਉਹ ਹਸਤੀ ਆ ਜਿਹਦੇ ਵਿੱਚ ਪੂਰਨ ਤੌਰ ਦੇ ਉੱਤੇ ਵਿਕਾਸ ਆ, ਉਹਦੇ ਵਿੱਚ ਕੋਈ ਇਹੋ ਜਿਹੀ ਚੀਜ਼ ਨਹੀਂ ਗੀ ਜਿਹਦੇ ਵਿੱਚ ਪਾ ਕੇ, ਕਿਉਂਕਿ ਗੁਰੂ ਸਾਹਿਬ ਜੀ ਨੇ ਸਾਨੂੰ ਇਗਜ਼ੈਂਪਲਾਂ ਦਿੱਤੀਆਂ, ਜੇ ਸਭ ਮਿਲ ਕੇ ਆਖਣ ਪਾਏ ਵੱਡਾ ਨਾ ਹੋਵੇ ਘਾਟ ਨਾ ਜਾਏ, ਭਾਵ ਜਿਤਨੀ ਉਹਨੇ ਸ੍ਰਿਸ਼ਟੀ ਪੈਦਾ ਕੀਤੀ ਹੈ ਜੇ ਸਾਰੀ ਮਿਲ ਕੇ ਉਹਨੂੰ ਬਿਆਨ ਕਰਨ ਲੱਗੇ ਤਾਂ ਉਹਨੇ ਵੱਧ ਨਹੀਂ ਜਾਣਾ, ਵੀ ਜੇ ਉਹਨੂੰ ਘੱਟ ਕਹਿਣ ਲੱਗੇ ਤਾਂ ਉਹਨੇ ਘੱਟ ਨਹੀਂ ਜਾਣਾ, ਭਾਵ ਉਹਦੇ ਵਿੱਚ ਇਹ ਮਤਲਬ ਉਹਦੇ ਵਿੱਚ ਇਹ ਕੋਈ ਇੱਦਾਂ ਦਾ ਕੰਮ ਹੈ ਨਹੀਂਗਾ, ਪਰਮਾਤਮਾ ਪੂਰਨ ਤੌਰ 'ਤੇ ਓਹੰਕਾਰ ਆ, ਭਾਵ ਉਹ ਪੂਰਨ ਪ੍ਰਕਾਸ਼ ਆ, ਉਸ ਪੂਰਨ ਪ੍ਰਕਾਸ਼ ਦੇ ਵਿੱਚੋਂ ਜਦ ਜੀਵ ਨੇ ਪ੍ਰਕਾਸ਼ ਗ੍ਰਹਿਣ ਕਰਨਾ ਤਾਂ ਫਿਰ ਇਹਨੂੰ ਪਤਾ ਲੱਗ ਚਾਹੀਦਾ ਕਿ ਮੇਰੇ ਅੰਦਰ ਜਿਹੜੀ ਹੈ ਮਾਇਆ ਦੀ ਡੋਲ ਦੀ ਅਵਸਥਾ ਬਣੀ ਆ ਉਹ ਤਾਂ ਬਣੀ ਆ ਕਰਕੇ ਉਹ ਪੂਰਨ ਪ੍ਰਕਾਸ਼ ਨੂੰ ਟੁੱਟਾਇਆ, ਪੂਰਨ ਪ੍ਰਕਾਸ਼ ਨਾਲ ਟੁੱਟਾ ਹੋਣ ਕਰਕੇ ਅਧੂਰਾ ਪ੍ਰਕਾਸ਼ ਇਹਨੂੰ ਮਿਲ ਰਿਹਾ, ਮਾਇਆ ਦਾ ਗਿਆਨ ਇਹਨੂੰ ਮਿਲ ਰਿਹਾ, ਉਹਦੇ ਕਰਕੇ ਮੋਹ ਦੇ ਨਾਲ ਇਹਦੀ ਉਹ ਜਿਹੜੀ ਮਾਇੰਡ ਦੀ ਇੰਸਟਿੰਕਟਸ ਆ, ਜੇ ਲਾ ਲਓ ਸਾਡੀ ਸੁਰਤ ਆ ਉਹ ਡੋਲ ਵਾਂਗੂ ਵੱਜੀ ਪਈ ਆ, ਅਤੇ ਸੁਰਤ ਜਿਹੜੀ ਆ ਮਾਇਆ ਦੇ ਹੰਕਾਰ ਦੇ ਵਿੱਚ ਮਰ ਗਈ ਆ, ਅਤੇ ਮਾਇਆ ਦੇ ਵਿੱਚ ਹੀ ਸੁਰਤ ਰਹਿ ਰਹੀ ਆ, ਅਤੇ ਮਾਇਆ ਦੇ ਵਿੱਚੋਂ ਜਿਤਨਾ ਜਦੋਂ ਇਹਨੂੰ ਪ੍ਰਾਪਤੀ ਹੁੰਦੀ ਆ ਉਦੋਂ ਇਹ ਆਕਾਸ਼ ਵਿੱਚ ਉਡਾਰੀਆਂ ਮਾਰਦੀ ਆ, ਅਤੇ ਜਦੋਂ ਇਹਨੂੰ ਉਹ ਮਾਇਆ ਦਾ ਜਿਹੜਾ ਮਟੀਰੀਅਲ ਹੈ ਤੂੰ ਖਿਸਕਦਾ ਲਾਉਂਦਾ ਫਿਰ ਇਹ ਪਤਾਲ 'ਚ ਡਿੱਗ ਪੈਂਦੀ ਆ, ਭਾਵ ਇਹਦੀ ਜਿਹੜੀ ਅਨਸੈਟਲਮੈਂਟ ਆ, ਕਿਉਂਕਿ ਡੋਲ ਦੀ ਸੈਟਲਮੈਂਟ ਨਹੀਂ ਗੀ, ਉਹ ਕਦੇ ਉੱਪਰ ਜਾਂਦਾ ਕਦੇ ਥੱਲੇ ਜਾਂਦਾ, ਇਸੇ ਤਰੀਕੇ ਨਾਲ ਜਿਹੜਾ ਮਨ ਆ ਜਦੋਂ ਮਾਇਆ ਦੇ ਵਿੱਚ ਰਹਿ ਰਿਹਾ, ਕਿਉਂਕਿ ਮਾਇਆ ਦੇ ਵਿੱਚ ਉਤਾਰ ਚੜ੍ਹਾਅ ਆ, ਮਾਇਆ ਦੇ ਵਿੱਚ ਨੈਗੇਟਿਵ ਪੋਜ਼ਿਟਿਵ ਆ, ਪਰ ਪਿੱਛੇ ਜਿਹੜੀ ਸੋਲ ਕੌਨਸ਼ੀਅਸ ਆ ਉਹਦੇ ਵਿੱਚ ਕੋਈ ਨੈਗੇਟਿਵ ਪੋਜ਼ਿਟਿਵ ਨਹੀਂ, ਉਹ ਨਿਊਟਰਲ ਸਟੇਜ ਹੈ ਜਿੱਥੇ ਆਪਾਂ ਕਹਿ ਦਿੰਦੇ ਹਾਂ ਨਾਮ ਨਿਰੰਜਨ, ਜਿਹੜਾ ਨਾਮ ਨਿਰੰਜਨ ਆ ਉਹ ਮਾਇਆ ਦੇ ਪ੍ਰਭਾਵ ਤੋਂ ਮੁਕਤ ਆ, ਸੋ ਜਿਹੜੀ ਸੁਰਤ ਆ ਜੇ ਮਾਇਆ ਦੇ ਵੱਲੋਂ ਆਪਣੀ ਜਿਹੜੀ ਆ ਜੇ ਮਾਇਆ ਦੇ ਪ੍ਰਤੀ ਵੀ ਪੂਰੀ ਅਵੇਅਰਨੈਸ ਹੋ ਜਾਵੇ, ਇਹਨੂੰ ਇੱਦਾਂ ਰੱਖ ਲਈਏ, ਜੇ ਇਹਨੂੰ ਮਾਇਆ ਮਟੀਰੀਅਲ ਬਾਰੇ ਵੀ ਪੂਰਾ ਇਹਨੂੰ ਗਿਆਨ ਹੁੰਦਾ ਤਾਂ ਫਿਰ ਮਟੀਰੀਅਲ ਵਿੱਚੋਂ ਵੀ ਉਹ ਜਿਹੜੀ ਆਤਮਕ ਕੌਨਸ਼ੀਅਸਨੈਸ ਆ ਉਹ ਦਿਸ ਪੈਣੀ ਸੀ, ਪਰ ਇਹਨੂੰ ਮਾਇਆ ਬਾਰੇ ਵੀ ਪੂਰਾ ਗਿਆਨ ਨਹੀਂ ਗਾ, ਇਹਨੂੰ ਆਪਣੀ ਹਉਮੈ ਬਾਰੇ ਵੀ ਪੂਰਾ ਗਿਆਨ ਨਹੀਂ ਗਾ, ਨਾ ਗਿਆਨ ਹੋਣ ਕਰਕੇ ਅਗਿਆਨਤਾ ਦੇ ਅੰਧਕਾਰ ਦੇ ਵਿੱਚ ਇਹ ਜੋ ਹੱਥ ਲੱਗਾ ਬਸ ਉਹਨੂੰ ਜੱਫਾ ਪਾ ਕੇ ਬਹਿ ਗਿਆ, ਉਹ ਜੱਫਾ ਪਾਉਣ ਦੇ ਨਾਲ ਮਟੀਰੀਅਲ, ਕਿਉਂਕਿ ਆਪਾਂ ਬਹੁਤ ਵਾਰੀ ਇਹ ਗੱਲ ਕਰ ਜੋ ਕਿ ਲਿਵ ਛੁਟਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਮਾਇਆ ਅਗਨ ਦੋਈ ਕੁ ਜਿਹੀ ਕਰ ਅਤੇ ਖੇਲ ਰਚਾਇਆ, ਜਦੋਂ ਅਸੀਂ ਇਹ ਚੀਜ਼ ਦੇਖਦੇ ਹਾਂ ਕਿ ਲਿਵ ਟੁੱਟੀ ਆ, ਲਿਵ ਟੁੱਟਣ ਦਾ ਮਤਲਬ ਕੀ ਆ, ਭਈ ਆਪਣੀ ਇਕਾਗਰਤਾ ਤੋੜ ਬੈਠਾ ਆ ਅਤੇ ਹੁਣ ਹੈਗੀ ਆ ਇਹਦੇ ਅੰਦਰ ਅਨਸਟੇਬਿਲਟੀ, ਹੁਣ ਅਨਸਟੇਬਿਲਟੀ ਦੇ ਵਿੱਚ ਜਿਤਨੇ ਵੀ ਇਹਨੇ ਆਪਣੇ ਪੈਟਰਨ ਆਫ ਥੋਟ ਜਿਹੜਾ ਇਹਨੇ ਬਣਾਉਣਾ ਉਹ ਸਾਰਾ ਜਿਹੜਾ ਆ ਉਸ ਫਿਲੋਸਫੀ ਦਾ ਆ, ਜਿਸ ਫਿਲੋਸਫੀ ਦੇ ਵਿੱਚ ਕਦੇ ਵੀ ਕ੍ਰਿਸਟਲ ਕਲੀਅਰ ਨਹੀਂ ਇਹਨੂੰ ਪਤਾ ਲੱਗਣਾ, ਉਸ ਸੋਚ ਵਿਚਾਰ ਦੇ ਵਿੱਚੋਂ ਇਹਨੂੰ ਕਦੇ ਵੀ ਕ੍ਰਿਸਟਲ ਕਲੀਅਰ ਨਹੀਂ ਦਿਸਣਾ, ਤਾਂ ਇਹ ਜੋ ਹੱਥ 'ਚ ਆਉਂਦਾ ਫਿਰ ਉਹਦੇ ਨੇ ਆਪਣੇ ਆਪ ਨੂੰ ਬੰਨ੍ਹ ਕੇ ਬਹਿ ਜਾਂਦਾ ਵੀ ਮੈਂ ਆਹ ਹੀ ਹਾਂ। ਹੁਣ ਇੱਥੇ ਕਹਿੰਦੇ ਜੀ ਇੱਕ ਗੱਲ ਆ, ਅਸੀਂ ਜਿਹੜਾ ਵਰਤ ਰਿਹਾ ਸੰਸਾਰ ਆ ਉਹਦੇ ਵਿੱਚ ਅਸੀਂ ਦੇਖਦੇ ਹਾਂ ਜੀ ਜੀ ਵੀ, ਕਿਉਂਕਿ ਮਾਇਆ ਵਿਆਪੇ ਬਹੁਤ ਪ੍ਰਕਾਰੀ ਜੀ ਜੀ ਇੱਕ ਕਿਸਮ ਦੀ ਨਹੀਂ ਹੈ, ਹਾਂ ਰੰਗੀ ਰੰਗੀ ਜਿੱਦਾਂ ਆਪਾਂ ਰੰਗੀ ਰੰਗੀ ਭਾਂਤੀ ਭਾਂਤੀ ਕਰ ਕਰ ਜਿਣਸੀ ਮਾਇਆ ਜਨ ਪਾਈ ਕਰ ਕਰ ਵੇਖੇ ਕੀਤਾ ਆਪਣਾ ਜਗਤ ਇਸ ਦੀ ਵਡਿਆਈ। ਹਾਂਜੀ ਹੁਣ ਹਰ ਜੀਵ ਦੇ ਉੱਤੇ ਉਹਦੇ ਕਰਮਾਂ ਦੇ ਉੱਤੇ ਉਹਦੇ ਪਿਛਲੇ ਜੋ ਕੁਛ ਵੀ ਉਹ ਕਰ ਰਿਹਾ ਸੀ ਜੋ ਵੀ ਸੰਸਕਾਰ ਉਹਦੇ ਅੰਦਰ ਬਣੇ ਆ ਇਨੇਟ ਨੇਚਰ ਜਿੱਦਾਂ ਕਹਿੰਦੇ ਆ ਵੀ ਅੰਦਰਲਾ ਸੁਭਾਅ, ਹਾਂਜੀ ਉਹ ਮਾਇਆ ਦੇ ਕਿਹੜੇ ਪੱਖ ਦੀ ਜ਼ਿਆਦਾ ਉਹਨੂੰ ਖਿੱਚ ਪੈਂਦੀ ਹੈ ਜੀ, ਕਿਉਂਕਿ ਮਾਇਆ ਤਾਂ ਦੇਖੋ ਬਹੁਤ ਕਿਸਮ ਦੀ ਆ, ਕਿਸੇ ਨੂੰ ਕਾਮ ਦੀ ਬਹੁਤ ਖਿੱਚ ਆ ਬਿਲਕੁਲ, ਇਹ ਕਿਉਂਕਿ ਹਰੇਕ ਦੇ ਵਿੱਚ ਜਿਹੜਾ ਜੀਵ ਆ ਇਹਨੂੰ ਆਪਾਂ ਇੱਦਾਂ ਕਹਿ ਸਕਦੇ ਹਾਂ ਜਿਹੜਾ ਕੋਈ ਵੀ ਇਨਸਾਨ ਆ ਚਾਹੇ ਉਹ ਇਹਨੂੰ ਆਪਾਂ ਲੇਵਲ ਜਿਹੜਾ ਆ ਧਰਮ ਦੇ ਲੇਵਲ ਤੋਂ ਲਾ ਕੇ ਪਰੇ ਗੱਲ ਕਰੀਏ, ਜਿਹੜਾ ਕੋਈ ਵੀ ਜੀਵ ਆ ਹਰੇਕ ਜੀਵ ਦੇ ਅੰਦਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿਹੜੇ ਇਹ ਡਰਾਈਵਸ ਆ ਇਹਨਾਂ ਡਰਾਈਵਸ ਦੇ ਵਿੱਚ ਇਹਦੇ ਵਿੱਚ ਗਿਆਨ ਕਿੰਨਾ ਆ ਅਗਿਆਨ ਕਿੰਨਾ ਆ ਭਾਵ ਇਹਦੇ ਵਿੱਚ ਹਉਮੈ ਕਿੰਨੀ ਆ ਅਤੇ ਨਾਮ ਕਿੰਨਾ ਆ, ਜਦੋਂ ਇਹਦੇ ਵਿੱਚ ਹਉਮੈ ਦਾ ਪੈਟਰਨ ਆ
ਤਾਂ ਉਹਦੇ ਵਿੱਚ ਸਾਨੂੰ ਇਹ ਪਤਾ ਲੱਗ ਜਾਣਾ ਵੀ ਹਰੇਕ ਜੀਵ ਦੇ ਉਹਦੇ ਸੁਭਾਅ ਦੇ ਉੱਤੇ ਹਰੇਕ ਤਰ੍ਹਾਂ ਦੀ ਡਿਫਰੈਂਟ ਡਿਫਰੈਂਟ ਮਾਇਆ ਦਾ ਰਸ ਆ। ਆਪਾਂ ਇਹ ਨਹੀਂ ਕਹਿ ਸਕਦੇ ਤੁਹਾਡੇ 'ਤੇ ਕਿਹੜਾ ਰਸ ਆ, ਤੁਸੀਂ ਮਿਹਤਾ ਦੀ ਬੁੱਝ ਸਕਦੇ, ਉਹ ਤਾਂ ਬੁੱਝਾਂਗੇ ਜੇ ਅਸੀਂ ਇੱਕ ਦੂਜੇ ਦੇ ਕਲੋਜ਼ ਰਹਿੰਦੇ ਹੋਈਏ। ਜਿਹੜਾ ਕਲੋਜ਼ ਰਹਿੰਦਾ ਕਈ ਵਾਰੀ ਇਹ ਅੰਦਰਲਾ ਉਹਨੂੰ ਵੀ ਨਹੀਂ ਪਤਾ ਲੱਗਦਾ। ਕਈ ਵਾਰੀ ਤੁਸੀਂ ਦੇਖਦੇ ਆ ਮਾਂ ਬਾਪ ਆਪਣੇ ਬੱਚਿਆਂ ਦੀ ਇੰਨੀ ਵਧੀਆ ਪਰਵਰਿਸ਼ ਕਰਦੇ ਆ, ਪਰ ਬੱਚੇ ਬਾਹਰ ਜਦੋਂ ਬਾਹਰਲੀ ਕੰਪਨੀ ਦਾ ਪ੍ਰਭਾਵ ਪੈਂਦਾ ਉਹ ਉੱਦਾਂ ਹੋ ਜਾਂਦੇ ਆ। ਅਤੇ ਉਹਦੇ ਵਿੱਚ ਫਿਰ ਮਾਂ ਬਾਪ ਦਾ ਤਾਂ ਕੋਈ ਦੋਸ਼ ਨਹੀਂ, ਉਹਨੇ ਤਾਂ ਉਹਨਾਂ ਨੇ ਤਾਂ ਚੰਗੇ ਹੀ ਬਣਾਇਆ ਸੀ, ਉਹਨਾਂ ਨੇ ਆਪਣੀ ਸੋਚ ਵਿਚਾਰ ਦੇ ਮੁਤਾਬਕ ਚੰਗੇ ਬਣਾਇਆ ਸੀ। ਹੁਣ ਇਹ ਜਿਹੜਾ ਜਿਹੜਾ ਘਾੜਤ ਘਾੜਨੀ ਆ ਸੰਸਕਾਰਾਂ ਦੀ ਆਪਣਿਆਂ ਦੀ, ਇਹ ਬੜਾ ਸੰਜਮ ਦਾ ਕੰਮ ਆ। ਇਹ ਕਿਤੇ ਇੱਕ ਦਿਨ ਦਾ ਕੰਮ ਨਹੀਂ ਗਾ ਵੀ ਜਲ ਤੂੰ ਆਈ ਵਾਲਾ ਢਾਲ ਤੂੰ, ਕਿਉਂਕਿ ਸਾਡੇ ਜਿਹੜਾ ਕੌਨਸੈਪਟ ਆ ਉਸਤਤ ਮਨਮੇ ਕਾਰ ਨਿਰੰਕਾਰ, ਇਸ ਕੌਨਸੈਪਟ ਦੇ ਅਧੀਨ ਸਾਨੂੰ ਇਸ ਗੱਲ ਦੇ ਉੱਤੇ ਪੂਰਨ ਤੌਰ ਦੇ ਉੱਤੇ 100% ਸ਼ਾਦੀ ਹੋਣੀ ਚਾਹੀਦੀ ਹੈ। ਭਾਈ ਜੇ ਔਸਤਤ ਨਿਰੰਕਾਰ ਦੀ ਕਰਨੀ ਆ ਤਾਂ ਫਿਰ ਜਿਹੜਾ ਆਕਾਰ ਆ ਉਹ ਸਾਰਾ ਬ੍ਰੇਕ ਕਰਨਾ ਪੈਣਾ। ਉਹ ਆਕਾਰ ਸਾਡੀ ਜਿਹੜਾ ਸ਼ਖਸੀਅਤ ਦਾ ਬਣਿਆ ਜਾਂਦਾ, ਜਿੰਨਾ ਚਿਕਰ ਉਹ ਸ਼ਖਸੀਅਤ ਨਹੀਂ ਬ੍ਰੇਕ ਹੁੰਦੀ ਉਹਨਾਂ ਚਿਕਰ ਨਿਰੰਕਾਰ ਬਾਰੇ ਸਮਝ ਨਹੀਂ ਲੱਗਣੀ। ਕਿਉਂਕਿ ਗੁਰੂ ਮਹਾਰਾਜ ਜੀ ਨੇ ਕਿਹਾ ਕਿ ਜਿੱਦਾਂ ਕਹਿ ਦਈਏ ਆਪਾਂ ਗੁਣ ਕਹਿ ਹਰ ਲੈ ਇਹਨੂੰ ਸਾਚ ਮਿਲਾਵਾ ਹੋਏ, ਜਦੋਂ ਗੁਣਾਂ ਦੀ ਵਿਚਾਰ ਕਰਦਿਆਂ ਕਰਦਿਆਂ ਉਸਤਤੀ ਕਰਨੀ ਆ, ਉਹਦੇ ਨਾਲ ਫਿਰ ਸਾਡਾ ਅੰਦਰੋਂ ਇਹ ਭਾਵ ਜਿਹੜਾ ਕਲੀਅਰ ਹੋਣਾ। ਕਿਉਂਕਿ ਮਾਇਆ ਜਿਹੜੀ ਆ ਬਹੁ ਭਾਂਤੀ ਆ, ਬਹੁ ਭਾਂਤ ਦੀ ਹੋਣ ਕਰਕੇ ਜੀਵ ਨੂੰ ਪਤਾ ਨਹੀਂ ਗਾ ਕਿਹੜੇ ਵੇਲੇ ਕਿਹੜੇ ਪਾਸੇ ਨੂੰ ਲੈ ਜਾਵੇ। ਸੋ ਇਸ ਕਰਕੇ ਗੁਰੂ ਮਤ ਦੇ ਅਨੁਸਾਰ ਜਿਹੜਾ ਸਿੱਖ ਆ ਉਹਨੇ ਆਪਣੇ ਮਨ ਦੀ ਜਿਹੜੀ ਅਗਵਾਈ ਆ ਉਹ ਗੁਰੂ ਸ਼ਬਦ ਤੋਂ ਕਰਾਉਣੀ ਆ। ਗੁਰੂ ਸ਼ਬਦ ਭਾਵ ਗੁਰੂ ਗਿਆਨ, ਗੁਰੂ ਦੀ ਫਿਲੋਸਫੀ, ਗੁਰੂ ਦੀ ਫਿਲੋਸਫੀ ਹੈਗੀ ਨਿਰੰਕਾਰ। ਪਰ ਹੁਣ ਇਹ ਵੀ ਡਿਪੈਂਡ ਕਰਦਾ ਵੀ ਇਹਦੇ ਅੰਦਰ ਸੰਸਕਾਰ ਕਿਹੜੀ ਮਾਇਆ ਦੀ ਪ੍ਰਬਲਤਾ ਦੇ ਪਏ ਹੋ। ਬਿਲਕੁਲ, ਇਹ ਹੁਣ ਉਹਨੂੰ ਸੈਲਫ ਡਾਇਗਨੋਸ ਕਰਨਾ ਪੈਣਾ। ਹੁਣ ਕਿਉਂਕਿ ਜੇ ਤਾਂ ਉਹਦੇ ਸੰਸਕਾਰ ਜਿਹੜੇ ਆ ਬਹੁਤੀ ਬਹੁਤਾਤ ਦੇ ਵਿੱਚ ਕਿਸੇ ਖਾਸ ਰੁਪਏ ਪੈਸੇ ਵੱਲ ਨੂੰ ਝੁਕਾਇਆ। ਹਾਂ, ਕਈਆਂ ਨੇ ਕਹਿਣਾ ਵਸਤਰ ਹੀ ਵਧੀਆ ਵਧੀਆ ਇਕੱਤਰ ਕਰੀ ਜਾਣੇ ਆ, ਕਈਆਂ ਨੇ ਆਪਣੀ ਜਿਊਲਰੀ ਇਕੱਠੀ ਕਰੀ ਜਾਣੀ ਹੈ। ਆਮ ਤੌਰ ਦੇ ਉੱਤੇ ਕਈਆਂ ਦੇ ਤੁਸੀਂ ਜਦੋਂ ਤੁਸੀਂ ਇਹ ਮੈਂਟਲੀ ਐਲਨੈਸ ਜਿਹੜੇ ਲੋਕ ਕ੍ਰੀਏਟ ਕਰ ਲੈਂਦੇ ਆ ਉਹਨਾਂ ਦੀ ਹਾਲਤ ਇਹ ਹੀ ਹੁੰਦੀ ਆ ਵੀ ਉਹਨਾਂ ਨੂੰ ਇਹ ਪਤਾ ਹੀ ਨਹੀਂ ਹੁੰਦਾ ਵੀ ਅਸੀਂ ਕਿਹੜੀ ਚੀਜ਼ ਸਾਡੇ ਘਰ 'ਚ ਚਾਹੀਦੀ ਕਿਹੜੀ ਨਹੀਂ ਚਾਹੀਦੀ। ਉਹ ਬਹੁਤਾਤ ਦੇ ਵਿੱਚ ਉਹ ਚੀਜ਼ਾਂ ਲੈ ਆਉਂਦੇ ਆ ਜਿਹੜੀਆਂ ਬਾਅਦ 'ਚ ਉਹਨਾਂ ਨੂੰ ਸਟ੍ਰੈਸ ਦੇਣ ਲੱਗ ਪੈਂਦੀ। ਆਮ ਤੌਰ 'ਤੇ ਜਿਹੜਾ ਮਾਇਆਧਾਰੀ ਜੀਵ ਆ ਇਹਨੇ ਜਦੋਂ ਵੀ ਕੋਈ ਚੀਜ਼ ਬਣਾਈ ਆ ਉਹ ਬਣੀਓ ਚੀਜ਼ ਹੀ ਇਹਦੇ ਲਈ ਸਟ੍ਰੈਸ ਬਣਦੀ ਆ। ਸਟ੍ਰੈਸ ਤਾਂ ਬਣਦੀ ਆ ਕਰਕੇ ਅੰਦਰ ਵਿਵੇਕ ਹੈ ਨਹੀਂ ਸੀ, ਫਿਲਟਰ ਨਹੀਂ ਸੀ ਲਗਾਇਆ ਮਤ ਦੇ ਵੀ ਮਤ ਜਿਹੜੀ ਬਣਾਈ ਚੀਜ਼ ਹੈ ਉਹਦੇ ਪ੍ਰਭਾਵ ਤੋਂ ਬਚੀ ਵੀ ਰਹੇ, ਇਹ ਨਾ ਹੋਵੇ ਉਹਦੇ ਵਿੱਚੇ ਵਿਆਪਕ ਹੋ ਜਾਵੇ। ਜਦੋਂ ਵਿਆਪਕ ਹੋ ਗਏ ਤਾਂ ਮਤਲਬ ਅਸੀਂ ਗੁਲਾਮ ਬਣ ਗਏ, ਅਸੀਂ ਵਿਕਟਮ ਬਣ ਗਏ, ਅਸੀਂ ਤਾਂ ਪ੍ਰਿਜ਼ਨਰ ਆ, ਸਾਡੇ ਕੋਲ ਜਿਹੜੀ ਆਜ਼ਾਦੀ ਆ ਖੋਲ੍ਹੀ ਗਈ ਆ। ਕਿਉਂਕਿ ਜਿਹੜੇ ਵਿਕਾਰ ਆ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਮਾਲਕ ਦੀ ਦਰਗਾਹ ਤੋਂ ਮਿਲੇ ਆ ਕਾਰ, ਇਹ ਕੰਮ ਕਰਦੇ ਆ। ਪਰ ਜਦੋਂ ਇਨਸਾਨ ਆਪਣੀ ਬਿਲੀ ਜਿਹੜੀ ਇਹਨੂੰ ਫਰੀ ਵੈਲ ਮਿਲੀ ਆ ਉਹਨੂੰ ਇਹ ਅਬਿਊਜ਼ ਕਰਦਾ ਇਹਨਾਂ ਕਾਰਾਂ ਨੂੰ ਤਾਂ ਫਿਰ ਇਹ ਵਿਕਾਰ ਬਣ ਜਾਂਦੇ ਆ। ਸੋ ਇਸ ਕਰਕੇ ਇਹਨਾਂ ਦਾ ਦੋਸ਼ ਨਹੀਂ, ਦੋਸ਼ ਆਪਣੇ ਆਪੇ ਦਾ ਆ ਜਿਹੜਾ ਗਿਆਨ ਗ੍ਰਹਿਣ ਨਹੀਂ ਕਰਦਾ। ਹੁਣ ਦੇਖੋ ਇੱਥੇ ਗੱਲ ਇੱਕ ਹੋਰ ਵੀ ਵਿਚਾਰਨ ਵਾਲੀ ਗੱਲ ਜੀ 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 ਹੁਣ ਜਿਹੜਾ ਮਾਰੀ ਕਹਿੰਦੇ ਵੀ ਡੋਲ ਬੱਧਾ ਕਸ ਕਸ ਜੇਵਰੀ ਜੀ, ਹੁਣ ਡੋਲ ਵਾਂਗੂ ਇਹ ਜੀਵ ਜਿਹੜਾ ਆ ਮਨ ਜਿਹੜਾ ਸੈਟਲ ਨਹੀਂ ਗਾ, ਹਾਂ ਇਹ ਮਾਂ ਦੇ ਮੋਹ ਵਿੱਚ ਬੱਝਾ ਆ। ਬਿਲਕੁਲ, ਹੁਣ ਮਾਂ ਦੇ ਮੋਹ ਦੇ ਵਿੱਚ ਬੱਝਾ ਹੋਣ ਕਰਕੇ ਮਾਇਆ ਜਿਹੜੀ ਆ ਇਹ ਹਰ ਸਮੇਂ ਚਲਾਇਮਾਨ ਆ। ਆਫਕੋਰਸ, ਇਹਦੇ ਵਿੱਚ ਤਾਂ ਕੋਈ ਦੋ ਰਾਏ ਨਹੀਂ, ਹੈ ਨਹੀਂ, ਕਿਉਂਕਿ ਉਹ ਆਲਵੇਜ਼ ਚੇਂਜ ਹੁੰਦੀ ਰਹਿਣੀ ਆ। ਉਹ ਹਰ ਸਮੇਂ ਹਰ ਜਾਣੀ ਕਿ ਸਕਿੰਟ ਸਕਿੰਟ ਬਾਅਦ ਉਹਦਾ ਰੂਪ ਬਦਲੀ ਜਾ ਰਿਹਾ। ਬਿਲਕੁਲ, ਅਤੇ ਜਿੱਦਾਂ ਜਿੱਦਾਂ ਉਹ ਬਦਲੀ ਜਾ ਰਿਹਾ ਇੱਦਾਂ ਇੱਦਾਂ ਜੀਵ ਵੀ ਨਾਲੇ ਬੱਝਾ ਆ ਉਹਦੇ, ਅਤੇ ਜਦੋਂ ਇਹ ਬਦਲਦਾ ਫਿਰ ਦੁਖੀ ਹੁੰਦਾ। ਹਾਂ, ਜਦੋਂ ਇਹ ਜਿਹੜੀ ਜਿਹੜੀ ਇਹਦੀ ਆਪਣੀ ਇਮੇਜ ਆ ਅੰਦਰੋਂ ਬਣਾਈ, ਉਹ ਇਮੇਜ ਤਾਂ ਸਾਡੀ ਇਹ ਹੀ ਆ ਵੀ ਸਾਨੂੰ ਹੁਣ ਮਤਲਬ ਸਟ੍ਰੈਸ ਫਰੀ ਜੀਵਨ ਹੋਣਾ ਚਾਹੀਦਾ ਵੀ ਹੁਣ ਸਾਡੀ ਸੈਟਲਮੈਂਟ ਹੋ ਜਾਵੇ। ਪਰ ਬੱਝਾ ਆ ਜਿਸ ਫਿਲੋਸਫੀ ਦੇ ਨਾਲ ਆ, ਬੱਝਾ ਜਿਸ ਓਬਜੈਕਟ ਦੇ ਨਾਲ ਆ, ਉਹ ਓਬਜੈਕਟ ਚੇਂਜ ਹੋਣਾ, ਜਦੋਂ ਉਹ ਚੇਂਜ ਹੋਣਾ ਫਿਰ ਉਹ ਵੀ ਚੇਂਜ ਹੋਣਾ ਪੈਣਾ। ਜੇ ਇਹ ਚੇਂਜ ਨਾ ਹੋਇਆ ਫਿਰ ਇਹਨੇ ਆਤਮਕ ਮੌਤ 'ਤੇ ਟੋਟਲੀ ਤੌਰ ਦੇ ਉੱਤੇ ਮਰ ਜਾਣਾ। ਹੁਣ ਦੇਖੋ ਤੁਹਾਨੂੰ ਕੋਈ ਇਸ ਦੁਨੀਆਂ ਦੇ ਵਿੱਚ ਕੋਈ ਪਦਵੀ ਮਿਲੀ ਆ ਜੀ, ਉਹ ਜਿਹੜੀ ਪਦਵੀ ਆ ਉਹ ਸਦਾ ਕਾਇਮ ਰਹਿਣ ਵਾਲੀ ਨਹੀਂ ਜੀ। ਬਿਲਕੁਲ ਬਿਲਕੁਲ, ਇੱਕ ਨਾ ਇੱਕ ਦਿਨ ਉਹ ਜਿਹੜੀ ਚੀਜ਼ ਆ ਖੁਸ ਜਾਣੀ ਆ, ਉਹ ਉੱਤੇ ਥੱਲੇ ਹੋਣੀ ਆ। ਬਿਲਕੁਲ, ਜਾਂ ਵਧੂਗੀ ਜਾਂ ਘਟੂਗੀ। ਹਾਂ, ਜਾਂ ਸਮਾਂ ਐਸਾ ਵੀ ਆ ਜਾਣਾ ਕਿ ਤੁਹਾਡਾ ਜਿਹੜਾ ਜ਼ਿੰਦਗੀ ਦਾ ਸਮਾਂ ਉਹੀ ਖਤਮ ਹੋ ਜਾਣਾ, ਉਹ ਵੀ ਖਤਮ ਹੋ ਜਾਣਾ। ਇਸ ਕਰਕੇ ਜਿਹੜੀ ਦੁਨੀਆਂ ਦੀਆਂ ਚੀਜ਼ਾਂ ਦੇ ਨਾਲ ਜਿਸ ਵੇਲੇ ਅਸੀਂ ਮੋਹ ਪਾ ਲੈਂਦੇ ਹਾਂ,
ਉਹ ਮੋਹ ਜਿਹੜਾ ਆ ਸਾਡਾ, ਸਾਡੀ ਜਿਹੜੀ ਆਤਮਕ ਸਥਿਰਤਾ ਆ ਉਹ ਕਾਇਮ ਨਹੀਂ ਰਹਿੰਦੀ, ਕਾਇਮ ਨਹੀਂ ਰਹਿਣੀ ਉਹਦੇ ਨਾਲ, ਕਾਇਮ ਨਹੀਂ ਰਹਿੰਦੀ ਉਹਦੇ ਨਾਲ, ਕਾਇਮ ਰਹਿਣੀ ਕਰਕੇ ਫੰਡਾਮੈਂਟਲ ਗਲਤ ਫੜਿਆ ਆ। ਜਿਹੜਾ ਫੰਡਾਮੈਂਟਲ ਹਉਮੈ ਫੜੀ ਹੋਊ ਆ, ਫੰਡਾਮੈਂਟਲ ਜਿਹੜਾ ਗੁਰੂ ਦੇ ਸ਼ਬਦ ਅਨੁਸਾਰ ਹਉਮੈ ਨਹੀਂ ਨਾਮ ਨੂੰ ਫੜਨਾ। ਜਦੋਂ ਨਾਮ ਦੀ ਪਕੜ ਵਿੱਚ ਆਵਾਂਗੇ ਫਿਰ ਉਸ ਤੋਂ ਮਨਵੇਂ ਕਾਰਨ ਨਿਰੰਕਾਰ, ਫਿਰ ਸਾਨੂੰ ਨਾਮ ਦੀ ਡੈਫੀਨੇਸ਼ਨ ਪਤਾ ਲੱਗੂਗੀ ਕਿ ਨਾਮ ਕਿਹੜੀ ਆ। ਸੋ ਨਾਮ ਦੀ ਪਰਿਭਾਸ਼ਾ ਦੇ ਮੁਤਾਬਕ ਖੜ ਕੇ ਫਿਰ ਸਾਨੂੰ ਇਹ ਪਤਾ ਲੱਗਣਾ ਕਿ ਜਿਹੜਾ ਨਿਰੰਕਾਰ ਆ ਉਹ ਇੱਕ ਨਾਮ ਦੇ ਵਿੱਚ ਵੱਸਦਾ। ਸੋ ਇਸ ਕਰਕੇ ਸਾਨੂੰ ਇਹ ਪੂਰਨ ਤੌਰ ਦੇ ਉੱਤੇ ਸੈਲਫ ਐਨਾਲਾਈਜ਼ ਕਰਨ ਦੀ ਲੋੜ ਹੈ। ਠੀਕ ਹੈ, ਹਾਂਜੀ। ਸੋ ਇੱਥੇ ਸਾਡੇ ਅੱਜ ਦੇ ਸਮੇਂ ਦੀ ਸਮਾਪਤੀ ਆ। ਅੰਤ ਦੇ ਵਿੱਚ ਅਸੀਂ ਆਪਣੇ ਸਮੂਹ ਦਰਸ਼ਕਾਂ ਨੂੰ ਬੇਨਤੀ ਕਰਨੀ ਚਾਹੁੰਦੇ ਹਾਂ ਕਿ ਤੁਸੀਂ ਜ਼ਰੂਰ ਇਸ ਪ੍ਰੋਗਰਾਮ ਨੂੰ ਸਪੋਂਸਰ ਕਰੋ, ਜਿਤਨਾ ਵੀ ਤੁਸੀਂ ਦੇ ਸਕਦੇ ਹਾਂ, ਜਿਤਨਾ ਵੀ ਤੁਸੀਂ ਕਰ ਸਕਦੇ ਹਾਂ ਉਤਨੀ ਜ਼ਰੂਰ ਮਾਇਆ ਸੰਗਤੀ ਵੀ ਨੂੰ ਦੇਵੋ ਤਾਂ ਕਿ ਇਹ ਜਿਹੜਾ ਕਾਰਜ ਆ ਇਸੇ ਤਰ੍ਹਾਂ ਚੱਲਦਾ ਰਹੇ। ਬਿਲਕੁਲ, ਜੋ ਵੀ ਤਿਲ ਫੁੱਲ ਸੰਗਤ ਦਾ ਹੈ ਉਹ ਇਸ ਤਰੀਕੇ ਨਾਲ ਇਸ ਪ੍ਰੋਗਰਾਮਾਂ ਦੇ ਲਈ ਆਪਣੇ ਕੋਈ ਵੀ ਪ੍ਰੋਗਰਾਮ ਜਿਹੜਾ ਹੈ ਤੁਸੀਂ ਉਹਨੂੰ ਸਪੋਂਸਰ ਕਰਦੇ ਰਹੋ ਤਾਂ ਕਿ ਇਹ ਗੁਰਬਾਣੀ ਦਾ ਜਿਹੜਾ ਮੁੱਖ ਧਾਰਾ ਸਾਡੀ ਗੁਰਮਤਿ ਆ, ਭਾਵ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਗਿਆਨ ਆ, ਉਹ ਉਸ ਦੇ ਇਸ ਤਰੀਕੇ ਦੇ ਪ੍ਰੋਗਰਾਮ ਚੱਲਦੇ ਰਹਿਣ। ਸੋ ਇੱਥੇ ਸਾਡੇ ਅੱਜ ਦੇ ਸਮੇਂ ਦੀ ਸਮਾਪਤੀ ਹੈ। ਭੁੱਲਾਂ ਚੁੱਕਾਂ ਦੀ ਮਾਫ਼ੀ, ਸਭ ਪਿਆਰ ਨਾਲ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਉਸਤਤ ਮਨ ਮੈਂ ਕਰ ਨਿਰੰਕਾਰ।